ਹੈਲੋ, ਮੇਰਾ ਨਾਂ ਚੌਧਰੀ ਹਰਜਿੰਦਰ ਨਿੱਜਰ ਹੈਗਾ ਅਤੇ ਮੈਂ ਪੰਡੂਰੀ ਨਿੱਜਰਾਂ ਦਾ ਜੱਟ ਹੈਗਾ। ਅਤੇ ਜਿੰਨਾ ਚਿਰ ਤੁਸੀਂ ਆਪਣੇ ਕੱਚੇ ਪਿਓ ਦੇ ਨਹੀਂ ਬਣਦੇ, ਪੱਕੇ ਦੇ ਨਹੀਂ ਬਣਦੇ। ਜਦੋਂ ਮੈਨੂੰ ਨਿੱਜਰ ਜੱਟ ਦੇ ਘਰ ਜਨਮ ਦਿੱਤਾ ਅਕਾਲ ਪੁਰਖ ਨੇ, ਮੈਂ ਖੁਦ ਨਹੀਂ ਲਿਆ, ਉਹਨੇ ਮੇਰੀ ਰੂਹ ਉੱਥੇ ਘੱਲੀ ਹੈਗੀ। ਜੇ ਮੈਨੂੰ ਉਹਦੀ ਜਿਹੜੀ ਪਹਿਲੀ ਰਜ਼ਾ ਹੈਗੀ ਉਹ ਕਬੂਲ ਨਹੀਂ ਹੈਗੀ ਤਾਂ ਮੈਨੂੰ ਦੂਜੀ ਕਿੱਦਾਂ ਦੇ ਦੂਗਾ? ਉਹ ਤਦੇ ਦਊਗਾ ਜੇ ਤੁਹਾਨੂੰ ਸੁਰਤੀ ਹੈਗੀ ਆਪਣੀ ਪਹਿਲੀ ਰਜਾ ਦੀ ਕਬੂਲ ਕੀਤੀ, ਫਿਰ ਦੂਜੀ ਦਊਗਾ ਉਹ, ਹੋਰ ਦੱਸੂਗਾ ਖੁਸ਼। ਨਹੀਂ ਤਾਂ ਤੁਸੀਂ ਜੇ ਫਨੈਟਿਕ ਬਣ ਗਿਆ, ਅਜੇ ਮੈਂ ਗੁਰਦੁਆਰੇ 'ਚ ਆ ਜਾਂਦੇ ਤਾਂ ਸਿੱਖ ਕੌਮ ਕਹਿ ਦਿੰਦੇ ਨੇ। ਮੇਰੀ ਜੱਟ ਕੌਮ ਹੈਗੀ ਅਤੇ ਮੈਂ ਆਪਣੀ ਸਿੱਖ ਜੱਟ ਕੌਮ ਨੂੰ ਜਵਾਬ ਦੇ ਕੇ ਸਿੱਖ ਕੌਮ ਬਣਾ ਲਵਾਂ। ਦੋ ਕੌਮਾਂ ਨਹੀਂ ਹੁੰਦੀਆਂ, ਦੋ ਪਿਓ ਨਹੀਂ ਹੁੰਦੇ, ਇੱਕੋ ਹੀ ਪਿਓ ਹੁੰਦਾ। ਅਤੇ ਜੇ ਮੈਂ ਆਪਣੇ ਸਿੱਖ ਕੌਮ ਬਣਾ ਲਵਾਂ, ਮੈਂ ਸਿੱਖ ਦਾ ਪੁੱਤਰ ਹੈਗਾ, ਅਤੇ ਆਪਣੇ ਜੱਟ ਪਿਓ ਨੂੰ ਜਵਾਬ ਦੇ ਦਿਆਂ, ਉਹਦੀ ਜਾਇਦਾਦ ਵਗੈਰਾ ਜਿਹੜੀ ਜੱਟ ਦੀ ਹੈਗੀ ਉਹ ਨਹੀਂ ਨਾ ਮੈਂ ਲੈ ਸਕਦਾ, ਉਹ ਫਿਰ ਛਿੱਤਰ ਮਾਰ ਕੇ ਤੁਹਾਨੂੰ ਘਰੋਂ ਕੱਢ ਦਿੰਦਾ, ਜਿੱਦਾਂ 1947 'ਚ ਕੱਢਿਆ ਸੀਗਾ ਪਾਕਿਸਤਾਨ ਵਿੱਚ, ਉਹਨੇ ਛਿੱਤਰ ਖੋਲ ਲਿਆ ਵੀ ਜੇ ਸਿੱਖ ਹੈਗਾ ਤਾਂ ਦੌੜ ਆਪਣੇ ਸਿੱਖਾਂ ਦੇ ਘਰ ਨੂੰ, ਦੌੜੇ ਫਿਰ ਗੁਰਦੁਆਰਿਆਂ ਨੂੰ। ਉੱਥੇ ਜਦੋਂ ਗਏ ਤਾਂ ਉੱਥੇ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਤੂੰ ਆਪਣੇ ਪਿਓ ਦਾ ਤਾਂ ਬਣਿਆ ਨਹੀਂ ਅਤੇ ਮੇਰਾ ਕਹਿੰਦੇ ਬਣ ਜਾਏਗਾ, ਦੌੜੇ ਇੱਥੋਂ। ਉਹਨੇ ਵੀ ਕੱਢ ਕੇ ਮਾਰਿਆ ਬਾਹਰ। ਅਤੇ ਹੁਣ ਆ ਜਿਹੜਾ ਗੁਰਦੁਆਰਾ ਸਿੱਖ ਕੌਮ ਦਾ ਪ੍ਰਚਾਰ ਕਰਦੇ ਨੇ, ਇਹ ਜਿਹੜੇ ਹੁੰਦੇ ਨੇ ਇਹ ਹਰਾਮੀ ਹੁੰਦੇ ਨੇ। ਕਿਉਂ? ਇੱਕ ਹਰਾਮੀ ਪੈਦਾ ਹੁੰਦਾ ਕੰਜਰੀ ਦੇ ਪੇਟ 'ਚੋਂ, ਉਹਨੂੰ ਤਾਂ ਵਿਚਾਰੇ ਨੂੰ ਪਤਾ ਨਹੀਂ ਵੀ ਮੇਰਾ ਕੌਣ ਪਿਓ ਹੈਗਾ। ਇੱਕ ਹੈਗਾ ਪਿਓ ਹੁੰਦਿਆਂ ਸੁਣਦਿਆਂ ਵੀ, ਜਿੱਦਾਂ ਮੇਰਾ ਜੱਟ ਪਿਓ ਹੈਗਾ ਅਤੇ ਮੈਂ ਆਪਣੀ ਸਿੱਖ ਕੌਮ ਬਣਾ ਲਵਾਂ, ਉਹ ਹਰਾਮੀ ਬਣ ਜਾਂਦੇ ਨੇ। ਉਹਨਾਂ ਨੂੰ ਕਹੀਦਾ ਸੁਪਰ ਬਾਸਟਰਡ, ਫਨੈਟਿਕ। ਉਹ ਫਨੈਟਿਕ ਹੁੰਦੇ ਨੇ, ਉਹਨਾਂ ਨੂੰ ਕੋਈ ਸਮਝ ਨਹੀਂ ਆਉਂਦੀ। ਪਗੜੀ ਬੰਨ ਲਈ, ਦਾੜੀ ਰੱਖ ਲਈ ਤਾਂ ਮੈਂ ਸਿੱਖ ਹੈਗਾ। ਸਿੱਖਿਆ ਕੀ ਹੈਗਾ? ਆਪਣਾ ਮੈਨੂੰ ਪਿਓ ਦਾ ਵੀ ਆਪਣੇ ਪਤਾ, ਮਾਂ ਪਿਓ ਅਤੇ ਵੀ ਉਹ ਬੀਜ ਪੱਤ ਲੈ ਗਿਆ, ਬੀਜ ਭੁੱਲ ਗਿਆ ਅਤੇ ਪੱਤ ਕਿੱਧਰੋਂ ਹੋਣੀ? ਫਿਰ ਜੁੱਤੀਆਂ ਪਈਆਂ 1984 'ਚ, ਫਿਰ ਹਾਇਆ ਕਰਦੇ ਨੇ ਸਿੱਖ ਮਰ ਗਿਆ। ਇਹਨਾਂ ਪੁੱਛੇ ਵੀ ਸਿੱਖ ਜੰਮਿਆ ਕਦੋਂ ਸੀਗਾ? ਸਿੱਖ ਤਾਂ ਹੈਗਾ ਰੂਹਾਨੀ ਰੂਪ, ਨਾਦੀ ਰੂਪ ਹੈਗਾ, ਬੋਲਿਆ ਪਤਾ ਲੱਗਦਾ ਵੀ ਕੁਛ ਸਿੱਖਿਆ ਕਿ ਐਵੇਂ ਹੀ ਹੈਗਾ। ਪਗੜੀ ਨਾਲ ਹੀ ਸਿੱਖ ਬਣਦਾ। ਅਤੇ ਆਹ ਜਿਹੜੇ ਪਗੜੀ ਪੁਗੜੀ ਬਣ ਕੇ ਅਤੇ ਆਪਣੇ ਦਸਤਾਰਾਂ ਬਣ ਕੇ ਅਤੇ ਸਜਾਈ ਫਿਰਦੇ ਸਿੱਖ ਬਣਿਆ ਸਿੱਖ, ਇਹਨਾਂ ਨੂੰ ਜੇ ਪੁੱਛੋ ਕੁਛ ਗੱਲ ਜੇ ਨਾ ਆਵੇ ਤਾਂ ਹੈਗੇ ਗਧੇ ਖਾਲਸੇ, ਨਾਨਕ ਅਤੇ ਨਰ ਅਸਲ ਖਾਰ, ਪੱਕੇ ਖਾਲਸੇ ਗਧੇ ਹੈਗੇ ਨੇ। ਲਓ ਇੱਥੇ ਮੈਂ ਹੁਣ ਤੁਹਾਨੂੰ ਕਰਕੇ ਦਿੰਦਾ ਬਲਾਵਲ ਮਹੱਲਾ ਤੀਜੇ ਦੀ। ਜਿਹੜੇ ਸਤਿਗੁਰੂ ਅਮਰਦੇਵ ਜੀ ਸੀਗੇ, ਇਹਨਾਂ ਦਾ ਜਿਹੜਾ ਸੀਗਾ ਪਾਠ ਅਤੇ ਇਹਨਾਂ ਨੇ ਜੋ ਸਿਕਸ਼ਾ ਦਿੱਤੀ ਉਹ ਇਸ ਤਰ੍ਹਾਂ ਹੈਗੀ ਕਿ ਆਹ ਚਾਰਟ ਹੈਗੇ ਮੇਰੇ ਕੋਲ ਬਣੇ ਹੋਏ ਅਤੇ ਇਹ ਬੜਾ ਕਾਮਯਾਬ ਹੈਗਾ। ਇਹ ਸਤਿਗੁਰੂ ਡਿਸਕ੍ਰਿਪਸ਼ਨ ਵਿੱਚ ਮਿਲ ਜਾਏਗਾ, ਇਹਦਾ ਕਾਪੀ ਕਰਨੀ ਤਾਂ। ਸਤਿਗੁਰੂ ਅੰਗਦ ਦੇਵ ਜੀ ਨੇ ਹੋਮੇ ਭੰਨੀ ਲੋਕਾਂ ਦੀ, ਹੋਮੇ ਕ੍ਰੋਧ, ਇੱਥੇ ਕਾਮ ਹੈਗਾ ਜਿਹੜਾ ਦੁਨਿਆਵੀ, ਕੰਜਰੀ ਦੇ ਪੇਟ 'ਚ ਪੈਦਾ, ਦਾਸੀਆਂ ਦੇ ਪੇਟ 'ਚ ਹਰਾਮੀ ਹੁੰਦੇ ਨੇ ਇੱਥੇ। ਅਤੇ ਉਹਨਾਂ ਨੇ ਹੋਮੇ ਭੰਨੀ, ਹੋਮੇ ਭੰਨੀ ਤਾਂ ਉਹਨਾਂ ਨੂੰ ਫਿਰ ਅਕਾਲ ਪੁਰਖ ਦਾ ਵੱਲ ਨੂੰ ਮੂੰਹ ਕੀਤਾ ਵੀ ਉਹਦੇ ਤੋਂ ਮੰਗੋ ਦਾਤਾਂ, ਉਹ ਤਪੇ ਨੇ ਨਹੀਂ ਦੇਣੀਆਂ। ਉਹਨਾਂ ਦਾ ਅਕਾਲ ਪੁਰਖ ਨੂੰ ਮੂੰਹ ਕੀਤਾ ਅਤੇ ਉਹਨਾਂ ਨੇ ਫਿਰ ਸਤਿਗੁਰੂ ਅਮਰਦੇਵ ਜੀ ਨੂੰ ਫੜਾ ਦਿੱਤੇ। ਇਹਨਾਂ ਨੂੰ ਕਹਿੰਦੇ ਸਿੱਖੀ ਦਾ ਧੁਰਾ,
ਜਿੰਨਾ ਚਿਰ ਤੁਸੀਂ ਆਪਣੀ ਹਉਮੈ ਨਹੀਂ ਪਾਉਂਦੇ, ਉਹ ਪਰਦਾ ਹੈਗਾ ਅਕਾਲ ਪੁਰਖ ਤੇ ਆਦਮੀ ਦੇ ਵਿਚਕਾਰ, ਪਰਦਾ ਹੈਗਾ ਜਿਹੜਾ, ਆਹ ਪਰਦਾ ਹੈਗਾ, ਇਹ ਪਰਦਾ ਜਿਹੜਾ ਉਹ ਅਕਾਲ ਪੁਰਖ ਫਿਰ ਪਾੜ ਦਿੰਦਾ, ਤੁਹਾਨੂੰ ਇੱਥੇ ਲੈ ਆਉਂਦਾ। ਜਦੋਂ ਇੱਥੇ ਆਉਂਦੇ ਤੁਹਾਨੂੰ ਉਹ ਅਕਾਲ ਪੁਰਖ ਆਪਣਾ ਬੀਜ, ਜਿੱਦਾਂ ਹੈਗਾ ਨਾ ਆਪਣਾ, ਮੈਂ ਜੱਟ ਦਾ ਬੀਜ ਹੈਗਾ ਨਾ, ਮੇਰੀ ਮਾਂ ਨੇ ਪੈਦਾ ਕੀਤਾ ਨਾ, ਤੇ ਇਸ ਕਰਕੇ ਉਹ ਫਿਰ ਅਕਾਲ ਪੁਰਖ ਆਪਣਾ ਬੀਜ ਤੁਹਾਡੇ ਦਿਲ ਵਿੱਚ ਬੀਜ ਦਿੰਦਾ ਹੈਗਾ। ਹੁਣ ਦਿਲ ਵਿੱਚ ਬੀਜ ਦਿੱਤਾ, ਤੁਹਾਨੂੰ ਸੁਰਤੀ ਆ ਜਾਂਦੀ ਹੈਗੀ, ਸੁਰਤੀ ਨਾਲ, ਸੁਰਤੀ ਬਿਨਾਂ ਨਹੀਂ ਉਹਨੂੰ ਅਕਾਲ ਪੁਰਖ ਨੂੰ ਜਾਣ ਸਕਦੇ। ਇਸ ਕਰਕੇ ਤੁਸੀਂ ਸੁਰਤੀ ਵਾਲੇ ਹੋਣ ਕਰਕੇ ਉਹ ਬੀਜ ਤੁਹਾਡਾ ਬੀਜ ਦਿੰਦਾ ਹੈਗਾ। ਹੁਣ ਉਹ ਜਦੋਂ ਤੁਹਾਨੂੰ ਸੁਰਤੀ ਆਉਂਦੀ, ਫਿਰ ਤੁਸੀਂ ਕਹਿੰਦੇ ਆ ਵੀ ਉਹਦੇ ਵੱਲ ਕੀ ਕਰਨਾ ਹੈਗਾ, ਕੁਛ ਨਹੀਂ ਮਿਲਦਾ ਉਹਦੇ ਵੱਲ, ਪੈਸੇ ਵੱਲ ਕਿਉਂ ਨਾ ਜਾਓ, ਐਸ਼ਾਂ ਕਰੋ ਜਿੱਦਾਂ ਦੁਨੀਆ ਕਰ ਰਹੀ ਹੈਗੀ, ਕੱਪੜੇ ਪਾਓ ਰੰਗ ਬਿਰੰਗੇ ਤੇ ਵੱਡੇ ਵੱਡੇ ਮਕਾਨ ਕਾਰਾਂ ਲਵੋ, ਉਹਦੇ ਵੱਲ ਕੀ ਮਿਲਣਾ, ਜਿਹੜੇ ਲੋਭ ਵਿੱਚ ਨਹੀਂ ਆਉਂਦੇ, ਇਹ ਲੋਭ ਦਾ ਹੈਗਾ ਇੱਥੇ, ਕਾਮ ਕ੍ਰੋਧ ਲੋਭ, ਲੋਭ ਉਹਨਾਂ ਨੇ ਭੰਨਿਆ ਸੀ ਦੁਬਦਾ, ਜਿਹੜੇ ਲੋਭ ਤੋਂ ਹਟ ਗਏ ਆਪਣੇ ਹੱਕ ਲਾਲ ਦੀ ਕਮਾਈ ਕਰਦੇ, ਉਹ ਬਣ ਜਾਂਦੇ ਗੁਰਮੁਖ। ਇਹ ਸਨਮੁਖ ਹੈਗਾ, ਇਹ ਗੁਰਮੁਖ, ਗੁਰਮੁਖ ਬੋਲਦਾ ਹੈਗਾ, ਪ੍ਰਚਾਰ ਕਰਦਾ ਹੈਗਾ। ਇਹ ਜਦੋਂ ਗੁਰਮੁਖ ਬਣ ਜਾਂਦੇ, ਇਹਨੂੰ ਫਿਰ ਅਕਾਲ ਪੁਰਖ ਹੱਥ ਕੱਢ ਕੇ ਉੱਪਰ ਚੱਕ ਕੇ ਲੈ ਆਉਂਦਾ ਵੀ ਆ ਜਾ ਵੀ ਤੂੰ ਮੇਰਾ ਪੁੱਤਰ ਹੈਗਾ। ਜਿਹੜਾ ਮਨਮੁਖ ਹੈਗਾ ਉਹ ਇੱਥੇ ਖੋਇਆ ਗਿਆ, ਉਹਨੇ ਆਪਣਾ ਜਨਮ ਖੋ ਲਿਆ, ਤੇ ਇਸ ਕਰਕੇ ਤੁਹਾਡੇ ਹੱਥ ਵਿੱਚ ਹੀ ਹੈਗਾ। ਜਿਹੜਾ ਮਨੁੱਖ ਦਾ ਜਨਮ ਹੈਗਾ ਬੜਾ ਔਖਾ ਮਿਲਦਾ ਹੈਗਾ, ਤੇ ਇਹ ਹੈਗਾ ਇਹਦਾ ਵੀ ਸਤਿਗੁਰੂ ਅਮਰਦੇਵ ਜੀ ਦਾ ਹੈਗਾ ਜਿਹੜਾ ਪਾਠ ਅਦਾ ਕਰਨਾ, ਤੇ ਸਾਰੀ ਸਿੱਖੀ ਜਿਹੜੀ ਹੈ ਲੈਕਚਰ ਨਾਲ ਪਤਾ ਲੱਗਦਾ ਚੰਗਾ। ਅੱਛਾ ਹੁਣ ਹੈਗਾ ਇਹਨਾਂ ਨੇ ਕਿਹਾ ਹੈਗਾ ਇੱਥੇ, ਹਰ ਇੱਕ ਓਂਕਾਰ ਸਤਿਗੁਰ ਪ੍ਰਸਾਦ। ਇੱਕ ਓਂਕਾਰ ਜਿਹੜਾ ਪੜ੍ਹਦੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਹਰ ਹੈਗਾ, ਉਹ ਹਰ ਇੱਕ ਓਂਕਾਰ ਹੈਗਾ, ਇਹ ਇੱਕ ਓਂਕਾਰ ਨਹੀਂ ਹੈਗਾ। ਇਹਦੇ ਲਈ ਮੈਂ ਚਾਰਟ ਆਹ ਬਣਾਇਆ ਹੈਗਾ, ਜਿਹਦੇ ਤੁਹਾਨੂੰ ਪਤਾ ਲੱਗ ਜਾਏ, ਮੇਰੀ ਕਿਤਾਬ ਹੈਗੀ ਇੱਕ, ਉਹਦੇ 'ਚ ਮੈਂ ਪਾਇਆ ਹੈਗਾ ਇਹੋ। ਕਿਤਾਬ ਜਿਹੜੀ ਮੁਫਤ ਹੈਗੀ ਮਿਲਦੀ, ਪਰ ਕੋਈ ਗਾਹਕ ਹੀ ਹੈ ਨਹੀਂ ਗਾ। ਤੇ ਆਹ ਹੈਗਾ ਜਿਹੜਾ ਨਾ ਵੇਰਵਾ ਹੈਗਾ, ਚੌਂ ਚਾਰ ਹੋਏ ਨਾ ਅਵਤਾਰ ਦੁਨੀਆ 'ਚ ਪਿਆ, ਦੋ ਮਿਡਲ ਈਸਟ 'ਚ, ਦੋ ਈਸਟ 'ਚ, ਇਹਨਾਂ ਦਾ ਵੇਰਵਾ ਹੈਗਾ। ਤੇ ਇਹ ਹੈਗਾ ਹਰੀ ਓਮ ਸ਼ਾਂਤੀ ਤੋਂ ਹਰ ਇੱਕ ਓਂਕਾਰ ਕਿਤਾਬ ਬਣਿਆ, ਤੇ ਇਹਦਾ ਵੀ ਮੇਰੀ ਵੈਬਸਾਈਟ 'ਤੇ ਤੁਹਾਨੂੰ ਮਿਲ ਜਾਏਗਾ ਇਹੋ। ਤੇ ਇਸ ਕਰਕੇ ਜਿਹਨੂੰ ਇਹ ਕਿਤਾਬ ਕਿਹਾ ਸੀ ਛਾਪਣ ਲਈ, ਉਹ ਹੈਗਾ ਸੀ ਆਪਣੇ ਜੌਲ, ਉੱਥੇ ਲੁਧਿਆਣੇ ਦਾ ਪਬਲਿਸ਼ਰ, 7,000 ਕਿਹਾ ਸੀ ਛਾਪਣ ਲਈ, ਤੇ ਉਹ ਕਹਿੰਦਾ ਵੀ 4,000 ਮੈਂ ਕਰ ਦੂੰਗਾ ਤੁਹਾਨੂੰ ਆਪਣੇ ਮੈਗਜ਼ੀਨ ਨਾਲ, ਤੇ ਇੱਕ ਦਾ ਜਵਾਬ ਨਹੀਂ ਆਇਆ। ਇੱਕ ਨੇ ਮੈਂ ਉਹਨੂੰ ਕਿਹਾ ਵੀ ਕਿਸੇ ਨੇ ਨਹੀਂ ਮੈਨੂੰ ਪੁੱਛਿਆ, ਕੋਈ ਸਵਾਲ ਨਹੀਂ ਪੁੱਛਿਆ, ਕੋਈ ਆਈ ਨਹੀਂ, ਕੋਈ ਈਮੇਲ ਨਹੀਂ ਆਈ, ਕੁਛ ਨਹੀਂ ਆਇਆ। ਕਹਿੰਦਾ ਜੀ ਇੰਡੀਆ 'ਚ ਇੱਦਾਂ ਹੀ ਹੁੰਦਾ ਹੈਗਾ, ਲੋਕੀ ਨਹੀਂ ਪੁੱਛਦੇ, ਪੁੱਛਦੇ ਚੁੱਪ ਕਰਕੇ ਬਹਿ ਜਾਂਦੇ ਨੇ, ਉਹ ਨਹੀਂ ਇੰਨਾ ਕਰਦੇ। ਇੰਡੀਆ ਵਰਗਾ ਤਾਂ ਆਦਮੀ ਜਿਹੜਾ ਹੈਗਾ ਉਹ ਤਾਂ ਕਰ ਦਿੰਦਾ ਹੈਗਾ ਅਗਲੇ ਦਾ ਦਿਮਾਗ ਖਰਾਬ, ਵੀ ਤੂੰ ਇਹ ਲਿਖਣ ਵਾਲਾ ਕਿੱਦਾਂ ਹੋ ਗਿਆ, ਆਹ ਕਿਉਂ ਲਿਖਿਆ, ਉਹ ਕਿਉਂ ਲਿਖਿਆ, ਕਿਸੇ ਨੇ ਨਹੀਂ ਕੀਤਾ ਕੀ, ਫਿਰ ਤੁਸੀਂ ਜਾਣੋ ਕੀ ਕੀਤਾ ਉਹਨੇ। ਬੇਈਮਾਨੀ ਦਾ ਜਿਹੜਾ ਹੈਗਾ ਨਾ ਐਪੀ ਸੈਂਟਰ ਉਹ ਅੰਮ੍ਰਿਤਸਰ ਹੈਗਾ, ਤਦੇ ਹੋਸਪਿਟਲ ਬਣਿਆ ਹਰਿਮੰਦਰ ਸਾਹਿਬ, ਇਹ ਹੋਸਪਿਟਲ ਹੈਗਾ ਉੱਥੇ, ਸਾਊਥ 'ਚ ਕਿਉਂ ਨਹੀਂ ਬਣ ਗਿਆ। ਇੱਕ ਇੰਡੀਆ ਹੈਗਾ, ਸਾਊਥ ਇੰਡੀਆ ਕਿੰਨਾ ਬੀਬਾ ਹੈਗਾ, ਅਤੇ ਰਿਸ਼ਵਤ ਵਿਸ਼ਵਤ ਘੱਟੇਗੀ, ਅਤੇ ਇਹ ਲੈ ਕੋ
ਰਿਸ਼ਵਤ ਦਾ ਟੌਪ ਹੈਗਾ ਜਿਹੜਾ ਐਪੀ ਸੈਂਟਰ। ਚਲੋ ਹੁਣ ਇਹਦਾ ਮੈਂ ਕਰਦਾ ਵਿਆਖਿਆ, ਹੁਣ ਤੁਹਾਨੂੰ ਸਮਝ ਆ ਗਈ। ਤੇ ਦ੍ਰਿਗ ਦ੍ਰਿਗ ਖਾਇਆ, ਕਹਿੰਦੇ ਫਟਕਾਰ ਉਹਨਾਂ ਜਿਹੜੇ ਖਾਂਦੇ ਨੇ ਵੀ ਬੇਈਮਾਨੀ ਦਾ ਕਰਕੇ ਨਾ, ਤੇ ਪੇਟ ਵਧਾ ਲੈਂਦੇ ਨੇ। ਦ੍ਰਿਗ ਦ੍ਰਿਗ ਸੋਇਆ ਵੀ ਉਹਨਾਂ ਦਾ ਵੀ ਜਿਹੜਾ ਹਰਾਮ ਹੈਗਾ ਜਿਹੜਾ ਸੋਂਦੇ ਨੇ ਵੀ ਉਮਰ ਗੁਜ਼ਾਰ ਦਿੰਦੇ, ਕੁਛ ਕਮਾਈ ਨਹੀਂ ਕਰਦੇ ਅਕਾਲ ਪੁਰਖ ਲਈ। ਦ੍ਰਿਗ ਦੇ ਕਾਪੜ ਅੰਗ ਚੜਾਇਆ, ਨਵੇਂ ਨਵੇਂ ਰੇਸ਼ਮੀ ਕੱਪੜੇ ਪਾਉਂਦੇ, ਬੜਾ ਮਾਇਆ ਵਿੱਚ ਨਾ ਖੇਡਦੇ ਹੈਗੇ ਨੇ, ਬੜੇ ਦੂਜਿਆਂ ਨੂੰ ਕਹਿੰਦੇ ਦੇਖ ਕਿੱਦਾਂ ਦੇ ਮੈਂ ਕੱਪੜੇ ਪਾਏ। ਤੇ ਜਿਹੜਾ ਨਾ ਜ਼ਿਮੀਦਾਰ ਜਿਹੜਾ ਆਪਣੇ ਖੇਤੀ ਕਰਦਾ ਹੈਗਾ ਉਹ ਪਾਟੇ ਪੁੱਟੇ ਕੱਪੜੇ ਪਾ ਲੈਂਦਾ ਹੈਗਾ, ਕਿ ਉਹਨੇ ਖੇਤੀ ਦਾ ਕੰਮ ਮਿੱਟੀ ਦਾ ਕਰਨਾ ਹੈਗਾ। ਉਹਨੂੰ ਕਹਿੰਦੇ ਵੀ ਇਹ ਤਾਂ ਐਵੇਂ ਫਿਰਦਾ ਹੈਗਾ, ਕੱਪੜੇ ਦੇਖ ਇਹਦੇ ਕਿੱਦਾਂ ਦੇ ਗਏ, ਕੋਈ ਆਦਮੀ ਹੈਗਾ? ਤੇ ਉਹਨੂੰ ਆਦਮੀ ਨਹੀਂ ਸਮਝਦੇ, ਤੇ ਹੈਗਾ ਤਾਂ ਉਹ ਆਦਮੀ। ਤ੍ਰਿਗ ਸਰੀਰ ਕੁਟੰਬ ਸਹਿਤ ਸਿਉ ਜਿਤ ਹੁਣ ਖਸਮ ਨਾ ਪਾਇਆ। ਦ੍ਰਿਗ ਸਰੀਰ ਤੇ ਨਾਲ ਜਿਹੜੇ ਸਰੀਰ ਜਿਹੜਾ ਹੈਗਾ, ਇਹ ਜਨਮ ਜਿਹੜਾ ਹੈਗਾ ਮਨੁੱਖ ਦਾ ਬੜੀ ਮੁਸ਼ਕਲ ਮਿਲਦਾ ਹੈਗਾ। ਕਹਿੰਦੇ ਵੀ ਇਸ ਜਿਹੜਾ ਸਰੀਰ ਜਿਹੜਾ ਤੇਰਾ ਹਰਿਮੰਦਰ ਜਿਹੜਾ ਤੈਨੂੰ ਮਿਲਿਆ ਹੈਗਾ, ਦ੍ਰਿਗ ਇਹਦਾ ਹਰਿਮੰਦਰ ਦਾ, ਜੇ ਤੂੰ ਨਾਮ ਹੀ ਨਾ ਪਾਇਆ ਉਹਦਾ, ਤੇ ਕੁਟੁੰਬ ਹੈਗਾ ਮੇਰਾ ਬਾਲ ਬੱਚੇ ਸਹਿਤ ਉਹਨਾਂ ਦੇ ਨਾਲ ਸਿਉ ਉਹਨਾਂ ਨਾਲ ਰਹਿੰਦਿਆਂ, ਯਾਨੀ ਕਿ ਘਰ ਚ ਰਹਿੰਦਿਆਂ ਕਮਾਈ ਕਰਦੇ ਗ੍ਰਿਸਤੇ ਚ, ਜਿੱਤ ਹੁਣ ਖਸਮ ਨਾ ਪਾਇਆ। ਜਿਨ ਵੀ ਆਪਣਾ ਖਸਮ ਅਕਾਲ ਪੁਰਖ ਨਾ ਪਾਇਆ, ਜਿਹੜੇ ਪਹਿਲਾਂ ਕਰਦੇ ਹੁੰਦੇ ਸੀਗੇ ਅਕਾਲ ਪੁਰਖ ਨੂੰ ਪਾਉਂਦੇ ਸੀਗੇ, ਉਹ ਘਰ ਬਾਰ ਛੱਡ ਕੇ ਤੇ ਜੰਗਲਾਂ ਚ ਚਲੇ ਜਾਂਦੇ ਸੀਗੇ। ਹੁਣ ਜੰਗਲੇ ਚ ਜਾਣ ਦੀ ਲੋੜ ਨਹੀਂ, ਹੁਣ ਤਾਂ ਘਰ ਬੈਠੇ ਤੁਸੀਂ ਖਾਂਦੇ ਪੀਂਦੇ ਪਹਿਨਦੇ ਅਕਾਲ ਪੁਰਖ ਨੂੰ ਪਾਓ, ਕਿਉਂ ਇਹ ਕਲਯੁਗ ਹੈਗਾ। ਕਲਯੁਗ ਵਿੱਚ ਸਤਿਗੁਰ ਮਤ ਵੇਲਾ ਹੈਗਾ, ਸਤਿਗੁਰ ਅੰਦਰ ਹੈਗਾ ਤੁਹਾਡੇ, ਸਤਿਗੁਰੂ ਨੂੰ ਕ੍ਰਾਈਸਟ ਕਹੀਦਾ ਹੈਗਾ। ਪੌੜੀ ਛੁੜਕੀ ਫਿਰ ਹੱਥ ਨਾ ਆਵੇ, ਇਹ ਜਿਹੜਾ ਮੌਕਾ ਹੈਗਾ ਨਾ, ਜਿਹੜੇ ਜਿਹੜਾ ਆਦਮੀ ਉੱਥੋਂ ਥਿੜਕੇ ਤਾਂ ਮਨਮੁੱਖ ਬਣ ਜਾਂਦਾ ਨਾ, ਉਹ ਫਿਰ ਬਾਹਰ ਨਹੀਂ ਨਿਕਲਦਾ, ਉਹਨੂੰ ਫਿਰ ਚਸਕਾ ਪੈ ਜਾਂਦਾ ਮਾਇਆ ਦਾ, ਉਧਰੋਂ ਲੁੱਟਿਆ ਉਧਰੋਂ ਲੁੱਟਿਆ। ਤੇ ਜਿੱਦਾਂ ਪ੍ਰਿਥੀ ਚੰਦ ਸੀਗਾ ਮਾਇਆ ਦਾ, ਉਹਨੂੰ ਜਿਹੜਾ ਸੀ ਚਸਕਾ ਮਾਇਆ ਦਾ ਸੀਗਾ। ਸਤਿਗੁਰੂ ਅਰਜਨ ਦੇਵ ਜੀ ਗੁਰਮੁਖ ਸਨ, ਤੇ ਜਿਹੜਾ ਸੀਗਾ ਪ੍ਰਿਥੀ ਦੂਆ ਸੀਗਾ, ਉਹ ਗਬਲਾ ਜਿਹੜਾ ਸੀਗਾ ਉਹ ਸੀਗਾ ਬੇਮੁਖ। ਤੇ ਫਿਰ ਕਹਿੰਦੇ ਫਿਰ ਨੀ ਹੱਥ ਆਉਂਦੀ ਜੇ ਇੱਕ ਵਾਰੀ ਪੌੜੀ ਛੋੜੇ। ਆਹਲਾ ਜਨਮ ਗਵਾਇਆ, ਜਿਹੜਾ ਆਹ ਜਨਮ ਹੈਗਾ ਆਹਲਾ ਹੈਗਾ, ਸਾਰਿਆਂ ਨਾਲ ਕੀਮਤੀ ਹੈਗਾ। ਦੀ ਕਰਾਊਨ ਆਫ ਕ੍ਰੀਏਸ਼ਨ ਆਫ ਬ੍ਰਹਮ, ਇਹ ਬ੍ਰਹਮਾ ਦਾ ਸਰੀਰ ਹੈਗਾ ਨਾ, ਬ੍ਰਹਮਾ ਦੀ ਕ੍ਰੀਏਸ਼ਨ ਦਾ ਕਰਾਊਨ ਹੈਗਾ। ਤੇ ਇਸ ਕਰਕੇ ਜੇ ਤੁਸੀਂ ਇਹ ਜਨਮ ਗੁਆ ਦਿੱਤਾ ਤੇ ਫਿਰ ਤੁਹਾਡੇ ਹੱਥ ਨਹੀਂ ਆਉਂਦਾ, ਫਿਰ ਸਤਿਗੁਰੂ ਫਿਰ ਕਲਯੁਗ ਹੋਏਗਾ ਤੇ ਫਿਰ ਤੁਹਾਨੂੰ ਜਨਮ ਦਾ ਇਹ ਮਿਲੇਗਾ ਮੌਕਾ। ਇਹ ਕਲਯੁਗ ਵਿੱਚ ਨਾ ਸਤਿਗੁਰੂ ਆਉਂਦਾ ਹੈਗਾ ਤੇ ਇਹ ਬਾਣੀ ਦੀ ਰਾਹੀਂ ਤੁਹਾਨੂੰ ਫਿਰ ਪੂਰਾ ਦੇ ਪੂਰ ਉੱਪਰ ਲੈ ਜਾਂਦਾ ਹੈਗਾ, ਤਾਰ ਦਿੰਦਾ ਹੈਗਾ, ਯਾਨੀ ਮੁਕਤ ਮਿਲ ਜਾਂਦੀ ਹੈਗੀ। ਤੇ ਇਸ ਕਰਕੇ ਇਹ ਸੁਨਹਿਰੀ ਮੌਕਾ ਹੈਗਾ ਕਲਯੁਗ, ਨਹੀਂ ਤਾਂ ਪੰਡਤਾਂ ਦੇ ਆਖੇ ਲੱਗੇ ਰਹੋ ਤੇ ਉਹਨਾਂ ਦੇ ਜਿੱਦਾਂ ਉਹ ਕਹਿੰਦੇ ਉੱਦਾਂ ਕਰੀ ਜਾਓ। ਤਦੇ ਹਿੰਦੂ ਅੰਨਾ ਕਹਿੰਦੇ ਨਾ, ਉਹ ਅੰਨਿਆਂ ਵਾਂਗ ਕਰੀ ਜਾਂਦੇ ਜੋ ਕਹੀ ਜਾਂਦਾ। ਦੂਜਾ ਪਾਓ ਨਾ ਦੇਈ ਲਿਵ ਲਾਗਨ, ਜਿਨ ਹਰ ਕੇ ਚਰਨ ਵਿਸਾਰੇ। ਦੂਜੇ ਪਾਓ, ਦੂਜਾ ਜਿਹੜਾ ਹੈਗਾ ਉਹਦੇ ਨਾਲ ਜਿਹੜਾ ਹੈਗਾ
ਪਿਆਰ, ਦੂਜਾ ਨਾ ਦੇਈ ਲਿਵ ਲਾਗਣ, ਤੇ ਹੋਰ ਤਾਂ ਉਹਦੇ ਬਿਨਾਂ ਹੋਰ ਹੈ ਨੀਗਾ ਕੋਈ ਵੀ। ਤੇ ਜੇ ਤੁਸੀਂ ਦੂਜੇ ਦੇ ਮਾਇਆ ਦੇ ਮਗਰ ਲੱਗ ਗਏ ਤਾਂ ਤਦ ਫਿਰ ਤੁਸੀਂ ਹਰ ਦੇ ਚਰਨ ਵਸਾਰ ਦਿੰਦੇ ਆ, ਜਿੱਦਾਂ ਇੱਥੇ ਦੱਸਿਆ ਨਾ ਤੁਹਾਨੂੰ ਵੀ ਜਦੋਂ ਤੁਸੀਂ ਅਕਾਲ ਪੁਰਖ ਨੂੰ ਛੱਡ ਗਏ ਤੇ ਇੱਥੇ ਹੈਗਾ ਨਾ, ਜਦੋਂ ਤੁਸੀਂ ਅਕਾਲ ਪੁਰਖ ਨੂੰ ਛੱਡ ਕੇ ਇੱਧਰ ਜਾਣ ਦੀ ਬਜਾਏ ਇੱਧਰ ਚਲੇ ਗਏ ਮਾਇਆ ਵੱਲ, ਮਾਇਆ ਵੱਲ ਚਲੇ ਗਏ ਤਾਂ ਉਹਦੇ ਚਰਨ ਛੱਡ ਦਿੱਤੇ, ਫਿਰ ਤੁਸੀਂ ਮਾਇਆ ਦੇ ਚਰਨ ਫੜ ਲਏ ਦੂਜੇ ਦੇ, ਤੇ ਤਦ ਤੁਸੀਂ ਫਿਰ ਸਫ਼ਰ ਕਰਦੇ ਹੈਗੇ ਆ। ਦੂਜੇ ਪਾਓ ਦੇ ਨਾ ਦੇਈ ਲਿਵ ਲਾਗਣ, ਉਹਦੇ ਨਾਲ ਨੀ ਪਿਆਰ ਕਰੀਦਾ ਮਾਇਆ ਦੇ ਨਾਲ। ਜਿਨ ਹਰ ਕੇ ਚਰਨ ਵਸਾਰੇ, ਜਿਹਨੇ ਹਰ ਦੇ ਚਰਨ ਤੁਹਾਨੂੰ ਭੁਲਾ ਦਿੱਤੇ। ਜਗ ਜੀਵਨ ਦਾਤਾ ਜਨ ਸੇਵਕ ਤੇਰੇ, ਜਗ ਜੀਵਨ ਤੂੰ ਅਕਾਲ ਪੁਰਖ ਤੂੰ ਦਾਤਾ ਹੈਗਾ ਆਪਣੇ ਸਾਰੇ ਜਗ ਦਾ। ਜੀਵਨ ਜਨ ਸੇਵਕ ਤੇਰੇ ਤਿਨਕੇ ਤੂੰ ਦੁੱਖ ਨਿਵਾਰੇ, ਜਿਹੜੇ ਤੇਰੇ ਸੇਵਕ ਹੈਗੇ ਅਕਾਲ ਪੁਰਖ ਉਹਨਾਂ ਦੇ ਤੂੰ ਦੁੱਖ ਭੰਨ ਦਿੰਦਾ ਹੈਗਾ, ਉਹਨਾਂ ਦੇ ਦੂਰ ਕਰ ਦਿੰਦਾ ਹੈਗਾ, ਰਹਾਓ। ਤੂੰ ਦਿਆਲ ਦਿਆਲ ਪਤ ਦਾਤਾ, ਤੂੰ ਹੈਗਾ ਬੜਾ ਰਹਿਮ ਦਿਲ, ਤੇ ਦਿਆਲ ਪਤ ਹੈਗਾ ਤੂੰ ਪਤ ਰੱਖਦਾ ਲੋਕਾਂ ਦੀ ਦਾਤ ਦਾਤਾ। ਕਿਆ ਇਹ ਜੰਤ ਵਿਚਾਰੇ, ਇਹ ਜਿਹੜਾ ਅਕਾਲ ਆਦਮੀ ਹੈਗਾ ਇਹ ਤੇਰਾ ਕੀ ਵਿਚਾਰੇ, ਤੂੰ ਤਾਂ ਬਹੁਤ ਵੱਡਾ ਹੈਗਾ, ਤੇਰੀ ਕੋਈ ਵਿਚਾਰ ਨਹੀਂ ਕਰ ਸਕਦਾ। ਮੁਕਤ ਬੰਦ ਸਭ ਤੁਝ ਤੇ ਹੋਏ, ਮੁਕਤ ਤੇਰੇ ਤੋਂ ਪਾਈ ਦੀ ਹੈਗੀ। ਜਿੱਦਾਂ ਦਾ ਅਕਾਲ ਪੁਰਖ ਉਦਾਂ ਦਾ ਪੁੱਤਰ ਬਣ ਜਾ ਨਾ, ਉਹਦੇ ਬਾਣੀ ਬੋਲੇ, ਉਹਦਾ ਪੁੱਤਰ ਜਿਹੜਾ ਉਹ ਅਕਾਲ ਪੁਰਖ ਦੀ ਬਾਣੀ ਬੋਲਦਾ ਹੈਗਾ। ਜਿੱਦਾਂ ਸਤਿਗੁਰੂ ਨਾਨਕ ਦੇਵ ਜੀ ਸੀਗੇ ਸਨ ਆਫ ਗੋਡ, ਇੱਦਾਂ ਹੀ ਸੀਗਾ ਜੀਸਸ, ਤੇ ਉਹਨਾਂ ਨੇ ਫਿਰ ਅਕਾਲ ਪੁਰਖ ਦੀ ਬੋਲੀ ਉਹ ਟੰਡੋਰਚੀ ਬਣ ਜਾਂਦੇ ਗੇ। ਮੁਕਤ ਬੰਦ ਸਭ ਸੋਰੀ ਜੰਤ ਵਿਚਾਰੇ, ਮੁਕਤ ਬੰਦ ਸਭ ਤੁਝ ਤੇ ਹੋਏ, ਐਸਾ ਆਖੇ ਵਿਖਾਣੇ, ਏਦਾਂ ਫਿਰ ਉਹ ਕਹੀਦਾ ਹੈਗਾ ਵੀ ਉਹਦੀ ਜਿਹੜੀ ਵਿਆਖਿਆ ਕਰੀ ਦੀ ਅਕਾਲ ਪੁਰਖ ਦੇ ਗੁਣ ਗਾਈਦੇ ਨੇ। ਗੁਰਮੁਖ ਹੋਵੇ ਸੋ ਮੁਕਤ ਕਹੀਏ, ਗੁਰਮੁਖ ਜਿਹੜਾ ਹੁੰਦਾ ਹੈਗਾ ਉਹ ਸੀਲ ਟੂ ਸਰਵ ਗੋਡ ਹੈਗਾ, ਜਿੱਦਾਂ ਤੁਹਾਨੂੰ ਇਹ ਦੱਸਿਆ ਨਾ, ਇਹ ਗੁਰਮੁਖ ਜਿਹੜਾ ਹੈਗਾ ਆਹ ਗੁਰਮੁਖ ਹੈਗਾ, ਆਹ ਮਨਮੁਖ ਹੈਗਾ, ਆਹ ਬੇਮੁਖ ਹੈਗਾ, ਬੇਮੁਖ ਮਨਮੁਖ ਗੁਰਮੁਖ, ਇਹ ਗੁਰਮੁਖ ਹੈਗਾ ਪ੍ਰਚਾਰ ਕਰਦਾ ਬੋਲਦਾ ਹੈਗਾ ਨਾਲ, ਤੇ ਇੱਥੇ ਹੋ ਜਾਂਦਾ ਚਿੱਤ ਬਿਰਤੀ ਚ ਇਹ ਸੰਤ ਹੁੰਦੇ ਨੇ ਅਕਾਲ ਪੁਰਖ ਨਾਲ ਇੱਕ ਬ੍ਰਹਮ ਗਿਆਨੀ। ਗੁਰਮੁਖ ਹੋਵੇ ਸੋ ਮੁਕਤ ਕਹੀਏ, ਉਹ ਫਿਰ ਮੁਕਤ ਹੋ ਜਾਂਦਾ ਕਿ ਉਹਦਾ ਅਕਾਲ ਪੁਰਖ ਦਾ ਪੁੱਤਰ ਹੈਗਾ, ਉਹਦੇ ਫਿਰ ਉਹ ਕਰਦਾ ਹੈਗਾ ਸਾਰੀਆਂ ਸਿਫਤਾਂ। ਮਨਮੁਖ ਬੰਦ ਵਿਚਾਰੇ, ਜਿਹੜਾ ਮਨਮੁਖ ਹੈਗਾ ਉਹ ਜਿਹੜਾ ਉਹ ਫਿਰ ਮਾਇਆ ਦੇ ਵਿੱਚ ਬੰਨਿਆ ਜਾਂਦਾ ਹੈਗਾ, ਤੇ ਉਹ ਫਿਰ ਵਿਚਾਰ ਨਹੀਂ ਕਰ ਸਕਦਾ, ਉਹ ਵਿਚਾਰਿਆ ਹੈਗਾ
ਬਈ ਉਹ ਉਹਨੂੰ ਕਹੀਦਾ ਵੀ ਵਿਚਾਰਾ ਹੈਗਾ ਵੀ ਇਹਦੇ ਵੱਸ ਦੀ ਗੱਲ ਨਹੀਂ ਹੈਗੀ। ਸੋ ਜਨ ਮੁਕਤ ਜਿਸ ਏਕ ਲੇ ਬੁਲਾਗੀ, ਉਹ ਆਦਮੀ ਉਹ ਹਰ ਜਨ, ਇਹਨੂੰ ਹਰ ਜਨ ਕਹੀਦਾ, ਹਰ ਦੇ ਜਨ, ਹਰੀ ਜਨ ਨਹੀਂ, ਹਰੀ ਜਨ ਹੁੰਦੇ ਜਿਹੜੇ ਦਾਸੀਆਂ ਦੇ ਪੇਟ ਚ ਪੈਦਾ ਹੁੰਦੇ ਹਰਾਮੀ, ਹਰ ਜਨ ਹੈਗੇ ਅਸੀਂ ਅਕਾਲ ਪੁਰਖ ਦੇ ਹਰ ਜਨ। ਸੋ ਹਰ ਜਨ ਮੁਕਤ ਜਿਸ ਏਕ ਲੇ ਬੁਲਾਗੀ, ਜਿਹਨੂੰ ਇੱਕ ਨਾਲ ਪਿਆਰ ਹੋਇਆ, ਮਾਇਆ ਨਾਲ ਨਹੀਂ, ਦੁਬਧਾ ਭੰਡੀ ਨਾ ਇਹਨਾਂ ਨੇ ਦੁਬਧਾ ਤੂੰ ਹਟਾਇਆ ਤੇ ਅਕਾਲ ਪੁਰਖ ਨੂੰ ਜੋੜਿਆ, ਸਦਾ ਰਹੇ ਹਰ ਨਾਲੇ, ਉਹ ਹਰ ਵੇਲੇ ਅਕਾਲ ਪੁਰਖ ਨਾਲ ਜੁੜਿਆ ਰਹਿੰਦਾ ਹੈਗਾ। ਤਿੰਨ ਕੀ ਗਹਿਣ ਗਤ ਕਹੀ ਨਾ ਜਾਏ, ਤਿੰਨ ਕੀ ਗਹਿਣ ਗਤ, ਉਹਨਾਂ ਦੀ ਜਿਹੜੀ ਹੈਗੀ ਗੱਤ ਹੈਗੀ ਉਹਨਾਂ ਦੀ, ਉਹ ਤੁਸੀਂ ਕਹਿ ਨਹੀਂ ਸਕਦੇ, ਕਹੀ ਨਾ ਜਾਏ ਸੱਚੇ ਆਪ ਸਵਾਰੇ, ਉਹ ਅਕਾਲ ਪੁਰਖ ਨੇ ਉਹਨਾਂ ਨੂੰ ਆਪ ਹੀ ਸਵਾਰਿਆ ਹੈਗਾ। ਜਿੱਦਾਂ ਤੁਸੀਂ ਬੋਲੋਗੇ ਬਾਣੀ, ਉੱਦਾਂ ਹੀ ਤੁਸੀਂ, ਤੁਹਾਡਾ ਦਿਲ ਧੋਤਾ ਜਾਊਗਾ, ਉੱਦਾਂ ਹੀ ਤੁਸੀਂ ਸਵਾਰੇ ਜਾਓਗੇ। ਬ੍ਰਹਮ ਬੁਲਾਣੇ ਸਹਿ ਮਨਮੁਖ ਕਹੀਏ, ਜਿਹੜਾ ਮਨਮੁਖ ਹੈਗਾ ਉਹ ਉਹਨੂੰ ਉਹਨਾਂ ਨੂੰ ਭਰਮਾਂ 'ਚ ਪਾ ਦਿੰਦਾ ਹੈਗਾ ਅਕਾਲ ਪੁਰਖ, ਉਹ ਫਿਰ ਭੁੱਲ ਜਾਂਦੇ, ਉਹ ਫਿਰ ਅਕਾਲ ਪੁਰਖ ਨੂੰ ਨਹੀਂ ਉਹ ਪਾਉਂਦੇ, ਉਹ ਕਹਿੰਦੇ ਅਕਾਲ ਪੁਰਖ ਦੂਰ ਹੈਗਾ, ਜਿਹੜੇ ਗੁਰਮੁਖ ਹੈਗੇ ਉਹਨਾਂ ਦੇ ਅੰਦਰ ਹੈਗਾ, ਇਹ ਹਰਿਮੰਦਰ ਹੈਗਾ, ਹਰਿਮੰਦਰ ਦੇ ਵਿੱਚ ਵੱਸਦਾ ਹੈਗਾ। ਜੇ ਤੁਸੀਂ ਮਾਇਆ ਦੇ ਲਾਗੇ ਸ਼ੈਤਾਨੀਆਂ ਕਰਨ ਤੇ ਆਹ ਜਿਹੜਾ ਹਰਿਮੰਦਰ ਨਹੀਂ ਰਹਿੰਦਾ, ਇਹ ਸ਼ੈਤਾਨ ਦਾ ਬਣ ਜਾਂਦਾ ਮੰਦਰ, ਸ਼ੈਤਾਨ ਦੇ ਮੰਦਰ ਨੂੰ ਜਿਹੜਾ ਹੈਗਾ ਉਹਨੂੰ ਫਿਰ ਹਰ ਕਿੱਧਰੋਂ ਪਤਾ ਲੱਗਣਾ, ਉਹਨੂੰ ਕਹਿੰਦਾ ਹਰ ਤਾਂ ਦੂਰ ਹੈਗਾ, ਕਿਉਂ ਸ਼ੈਤਾਨ ਨੇ ਕੱਢ ਦਿੱਤਾ ਨਾ ਬਾਹਰ, ਉਹਨੂੰ ਬਾਹਰ ਮਾਰਿਆ ਤੇ ਆਪ ਅੰਦਰ ਬਹਿ ਗਿਆ, ਜਦੋਂ ਆਪ ਬਹਿ ਗਿਆ ਅੰਦਰ ਫਿਰ ਹਰ ਭੁੱਲ ਗਿਆ। ਪਰਮ ਬੁਲਾਣੇ ਸਹਿ ਮਨਮੁਖ ਕਹੀਏ, ਨਾ ਉਰਵਾਰ ਨਾ ਪਾਰੇ, ਉਹ ਜਿਹੜਾ ਹੁੰਦਾ ਨਾ ਇੱਧਰਲਾ ਰਹਿੰਦਾ ਹੈਗਾ, ਇੱਧਰ ਵੀ ਉਹਨੂੰ ਉਹਨੂੰ ਜੁੱਤੀਆਂ ਪੈਂਦੀਆਂ ਨੇ, ਪਿਓ ਕਰਦਾ ਬੇਈਮਾਨੀਆਂ ਕਰਦਾ ਤੇ ਲੋਕੀ ਉਹਨੂੰ ਕਹਿੰਦੇ ਆਹ ਕਿੱਦਾਂ ਦਾ ਕੰਮ ਕਰਦਾ, ਗੰਦਾ ਆਦਮੀ, ਉਹਨੂੰ ਜਿੱਦਾਂ ਆ ਜਾਂਦੇ ਸ਼ਰਾਰਤ ਇੱਥੇ ਨਾ, ਪੈਸੇ ਪੂਸੇ ਖੋ ਜਿਹੜੇ ਨਾ ਕਈ ਹੈਗੇ ਨੇ, ਉਹਨਾਂ ਨੇ ਬਿਜ਼ਨਸ ਹੀ ਬਣਾਇਆ ਹੈਗਾ, ਪਿੱਛੇ ਇੱਕ ਟਰੈਵਲ ਏਜੰਟ ਮੈਂ ਕੰਮ ਕਰਦਾ ਹੈਗਾ ਤੇ ਇੱਕ ਆਦਮੀ ਵਿਚਾਰਾ ਗਾਣਾ ਮੈਂ ਰਿਹਾ ਸੀ 14 ਸਾਲ, ਉਹ ਮੇਰੇ ਕੋਲ ਆਇਆ ਗਾਣੀਆਂ ਨੇ, ਕਹਿੰਦਾ ਮੈਂ ਉੱਥੇ ਲੰਡਨ ਕਿਸੇ ਨੂੰ ਇਕੱਲੇ ਨੇ £700 ਟਿਕਟ ਲੈਣਾ ਸੀਗਾ, ਉਹਨੇ ਮੰਗਵਾਉਣਾ ਸੀ ਕਿਸੇ ਨੂੰ ਗਾਣੇ ਤੋਂ 25 ਤਰੀਕ ਨੂੰ ਇਕੱਲੇ, ਉਹ ਆਦਮੀ ਨੇ ਪੈਸੇ ਵੀ ਲੈ ਲਿਆ, ਪਹਿਲਾਂ 500 ਕਹਿੰਦਾ, ਫਿਰ ਕਹਿੰਦਾ 185 ਟੈਕਸ, ਤੇ ਇੱਦਾਂ ਕਰਕੇ ਨਾ ਉਹਨੇ 700 ਉਹਦੇ ਤੋਂ ਲੈ ਲਿਆ, ਲੈ ਕੇ ਤੇ ਫਿਰ ਅੱਜ ਟਿਕਟ ਦਿੰਦਾ, ਤੇ ਉਹ ਫਿਰ ਮੇਰੇ ਕੋਲ ਟਿਕਟ ਲੈ ਕੇ ਗਿਆ, ਨਵੇਂ ਪੈਸੇ ਖਰਚੇ ਉਹਨੇ ਤੇ ਨਵੇਂ ਉਹਨੇ ਕੀਤੇ। ਉਹ ਜਿਹੜੇ ਉਹ ਮੈਂ ਪੁੱਛਿਆ ਕੌਣ ਹੈਗਾ ਇੰਡੀਆ ਤੋਂ, ਕਹਿੰਦਾ ਮੈਂ ਅਰੋੜਾ ਹੈਗਾ, ਤੇ ਇਹ ਤਾਂ ਹੈਗਾ ਇੱਥੇ ਦਾ ਹਾਲ, ਇਹ ਇੱਥੇ ਦਾ ਹੈਗਾ, ਇੰਡੀਆ ਦਾ ਤਾਂ ਪੁੱਛੋ ਨਾ ਤੁਸੀਂ। ਪਰਮ ਬੁਲਾਣੇ ਸਹਿ ਮਨਮੁਖ ਕਹੀਏ, ਨਾ ਔਰ ਵਾਰ, ਇੱਥੇ ਵੀ ਨਾ ਉਹਦੀ ਇੱਜ਼ਤ ਹੁੰਦੀ, ਨਾ ਅਕਾਲ ਪੁਰਖ ਦੇ ਦਰਬਾਰ ਵਿੱਚ ਉਹਨੂੰ ਕੋਈ ਢੋ ਹੋਏਗੀ, ਇਹਨਾਂ ਨੂੰ ਫਿਰ ਵਾਪਸ ਸਿੱਟ ਦਿੰਦਾ, ਜਾਓ ਹੋਰ ਕਮਾਈ ਕਰੋ, ਫਿਰ ਅਗਲੇ ਵਾਰੀ ਕਲਯੁਗ ਆਊਗਾ, ਫਿਰ ਤੁਹਾਡਾ ਉਧਾਰ ਹੋਊਗਾ। ਜਿਸ ਨੂੰ ਨਦਰ ਕਰੇ ਸੋਈ ਜਨ ਪਾਏ, ਜਿਹਨੂੰ ਉਹ ਮਿਹਰ ਕਰੇ ਨਾ ਅਕਾਲ ਪੁਰਖ, ਉਹੀ ਆਦਮੀ ਹਰ ਜਨ ਪਾਉਂਦਾ ਹੈਗਾ। ਗੁਰ ਕਾ ਸ਼ਬਦ ਸੰਭਾਲੇ, ਇੱਥੇ ਗੁਰ ਜਿਹੜਾ ਹੈਗਾ ਇਹ ਹੈਗਾ ਢੰਗ, ਲੋਜੀਕਲ ਰੀਜ਼ਨਿੰਗ, ਜਿਹੜੀ ਚੀਜ਼ ਲੋਜੀਕਲ ਰੀਜ਼ਨਿੰਗ ਨਾ ਪਾਓ ਉਹਨੂੰ ਕਹਿੰਦਾ ਗੁਰ ਕਾ ਸ਼ਬਦ, ਉਹਨੂੰ ਕਹਿੰਦੇ ਲੋਗੋਸ, ਲੋਗੋਸ ਹੈਗਾ ਹਿਜ਼ ਵਰਡ, ਤੇ ਇਸ ਕਰਕੇ ਗੁਰ ਕਾ ਸ਼ਬਦ ਉਹ ਹੈਗਾ ਜਿਹੜਾ ਤੁਸੀਂ ਤਤਮੋਲ
ਹਾਸਲ ਕਰਦੇ ਹਾਂ ਲੌਜੀਕਲ ਰੀਜ਼ਨਿੰਗ ਨਾਲ, ਵਿਚਾਰ ਨਾਲ। ਗੁਰ ਕਾ ਸ਼ਬਦ ਸੰਭਾਲੇ ਉਹ ਸੰਭਾਲਦਾ ਗੁਰਮੁਖ। ਹਰ ਜਨ ਮਾਇਆ ਮਾਹੇ ਨਿਸਤਾਰੇ, ਜਿਹੜਾ ਹਰਜਨ ਹੈਗਾ ਉਹ ਅਕਾਲ ਪੁਰਖ ਉਹਨੂੰ ਇੱਥੇ ਖਾਂਦਿਆਂ ਪੀਂਦਿਆਂ ਮਾਇਆ ਦੇ ਵਿੱਚ ਰਹਿੰਦਾ। ਪਹਿਲਾਂ ਜਿਹੜੇ ਸਾਧੂ ਹੁੰਦੇ ਸੀਗੇ ਉਹ ਘਰ ਬਾਰ ਛੱਡ ਜਾਂਦੇ ਸੀ, ਯਾਨੀ ਕਿ ਮਾਇਆ ਤੋਂ ਦੂਰ ਚਲੇ ਜਾਂਦੇ ਸੀ। ਇਹ ਕਲਯੁਗ ਵਿੱਚ ਹੀ ਹੈਗਾ ਵੀ ਤੁਸੀਂ ਘਰ ਬੈਠੇ ਹੀ ਅਕਾਲ ਪੁਰਖ ਨੂੰ ਪਾ ਲੈਂਦੇ ਹੈਗੇ, ਖਾਂਦੇ ਪੀਂਦੇ ਖੇਡਦੇ ਤੁਸੀਂ ਅਕਾਲ ਪੁਰਖ ਨੂੰ ਪਾ ਦਿੰਦੇ ਆ। ਨਾਨਕ ਬਾਗ ਹੋਵੇ ਜਿਸ ਮਸਤਕ, ਜਿਹਦੇ ਮਸਤਕ ਹੋ ਜਾਣ ਜਿਹੜੇ ਪ੍ਰੀ ਡੈਸਟਿਨਡ ਹੋਣ, ਕਾਲ ਮਾਰੇ ਬਿਦਾਰੇ। ਆਹ ਜਿਹੜਾ ਹੈਗਾ ਨਾ ਆਉਣ ਜਾਣ ਜਨਮ, ਕਾਲ ਜਿਹੜਾ ਹੈਗਾ ਜਨਮ ਮਰ 84 ਦੀ ਜਿਹੜੀ ਹੈਗੀ ਨਾ ਜਿਹੜੀ ਹੇਰਾ ਫੇਰਾ ਇਹ ਸਾਰਾ ਉਹ ਮਾਰ ਕੇ ਤੇ ਤੁਹਾਨੂੰ ਨਿਸਤਾਰ ਦਿੰਦਾ ਹੈਗਾ, ਉਹਨਾਂ ਨੂੰ ਦੁੱਖ ਤੋੜ ਦਿੰਦਾ। ਉਹ 84 ਦੀ ਜੂਨੀ ਨਾ ਆਪਣੇ ਨਾਲ ਮਿਲਾ ਲੈਂਦਾ ਹੈਗਾ। ਇਹ ਹੈਗੀ ਇਹਦੀ ਵਿਆਖਿਆ।